ਸਤਿ ਸ਼੍ਰੀ ਅਕਾਲ ਜੀ, ਮੈਂ ਤ੍ਰੇਵਾ ਸਰਪੰਚ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ 2 ਦਿਨ ਤੋਂ ਜਿੰਨਾ ਵੀ ਇਲਾਕਾ ਕਲਾ, ਮੈਂ ਬਾਰਡਰ ਨਹੀਂ ਕਹੂੰਗੀ, ਪੂਰਾ ਇਲਾਕਾ ਕ੍ਰਾਈਸਿਸ ਦੇ ਅੰਡਰ ਆ। ਔਰ ਬਿਜਲੀ ਦਾ ਕ੍ਰਾਈਸ ਜਿਹੜਾ ਉਹ ਸਭ ਤੋਂ ਵੱਡਾ ਇਸ ਟਾਈਮ ਹੋਇਆ ਹੋਇਆ। ਸਾਡੇ ਕੋਲ ਕੋਈ 48 ਆਰ ਤੋਂ ਵੀ ਮਤਲਬ ਪਲੱਸ ਹੋ ਗਿਆ, 55 ਆਰ ਹੋ ਚੁੱਕੇ ਆ, ਸਾਡੀ ਲਾਈਟ ਜਿਹੜੀ ਆ ਉਹ ਬੰਦ ਆ। ਪਾਣੀ, ਡੰਗਰਾਂ ਦੇ ਪਾਣੀ ਤੋਂ ਲੈ ਕੇ ਮਤਲਬ ਇਨਸਾਨ ਤਾਂ ਚਲੋ ਕਿਵੇਂ ਨਾ ਕਿਵੇਂ ਕਰਕੇ ਜੀ ਲੂਗਾ, ਬਟ ਜਿਹੜਾ ਮੇਨ ਕੰਮ ਆ ਉਹ ਆ ਡੰਗਰਾਂ ਦਾ ਪਾਣੀ ਔਰ ਡੰਗਰਾਂ ਦਾ ਚਾਰਾ। ਜਿੰਨਾ ਦੋਨਾਂ ਚੀਜ਼ਾਂ ਵਾਸਤੇ ਸਾਨੂੰ ਇਲੈਕਟ੍ਰੀਸਿਟੀ ਦੀ ਲੋੜ ਆ, ਬਟ ਸਾਡੇ ਕੋਲ ਇਲੈਕਟ੍ਰੀਸਿਟੀ ਨਹੀਂ ਹੈਗੀ ਸੀ। ਅਸੀਂ ਕਿਸੇ ਨੂੰ ਗਲਤ ਨਾ ਕਹਿੰਦੇ ਹੋਏ, ਸਾਡੇ ਸਪੈਸ਼ਲੀ BSF ਨੇ ਅੱਜ ਸਾਡੀ ਇੰਨੀ ਮਦਦ ਕੀਤੀ ਕਿ ਜਵਾਨ ਪਤਾ ਲੱਗਦਾ ਕਿ ਜਵਾਨਾਂ ਨੂੰ ਇਹ ਚੀਜ਼ ਪਤਾ ਕਿ ਅਸੀਂ ਜਦ ਇਹਨਾਂ ਦੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਖੜੇ ਹਾਂ, ਤਾਂ ਜਦੋਂ ਅਸੀਂ ਕੋਈ ਚੀਜ਼ ਫੇਸ ਕਰ ਰਹੇ ਹਾਂ ਤਾਂ ਇਹ ਵੀ ਅੱਜ ਸਾਡੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਖੜੇ ਆ। ਔਰ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੰਨਾ ਵੱਡਾ ਜਨਰੇਟਰ। ਸਾਡੇ ਸਪੈਸ਼ਲੀ ਮੈਂ ਥੈਂਕ ਯੂ ਬੋਲਣਾ ਚਾਹੂੰਗੀ DIG ਸੁਰਜੀਤ ਸਿੰਘ ਸੇਖੋਂ ਜੀ ਨੂੰ ਕਿ ਥੈਂਕ ਯੂ ਸੋ ਮਚ ਸਰ, ਤੁਸੀਂ ਇੰਨਾ ਜ਼ਿਆਦਾ ਸਾਡਾ ਸਾਥ ਦਿੱਤਾ ਕਿ ਸਾਡੇ ਪੂਰੇ ਇਲਾਕੇ ਦੇ ਚਿਹਰੇ 'ਤੇ ਤੁਸੀਂ ਦੇਖ ਸਕਦੇ ਹੋ ਕਿ ਖੁਸ਼ੀ ਦਾ ਮਾਹੌਲ ਆ। ਅਸੀਂ ਹਰ ਟਰਾਂਸਫਾਰਮਰ 'ਤੇ ਕੋਈ 20 ਮਿੰਟ ਤੋਂ 30 ਮਿੰਟ ਇਲੈਕਟ੍ਰੀਸਿਟੀ ਔਨ ਕਰਨ ਜਾ ਰਹੇ ਹਾਂ, ਜਿਹਦੇ ਨਾਲ ਕੀ ਹੋਊਗਾ ਕਿ ਹਰ ਘਰ ਦੇ ਵਿੱਚ ਪਾਣੀ ਦੀ ਸੁਵਿਧਾ ਜਿਹੜੀ ਆ ਉਹ ਸਾਡੀ ਅੱਜ ਸਹੀ ਹੋ ਜੂਗੀ। ਜਦੋਂ ਬੱਤੀ ਆਊਗੀ ਉਹ ਜਦ ਹੀ ਅਸੀਂ ਜਦ ਦੇਖਾਂਗੇ। ਮੈਂ ਸਪੈਸ਼ਲੀ ਸਾਰਿਆਂ ਨੂੰ ਬੋਲੂੰਗੀ ਕਿ ਅੱਗੇ ਹੋ ਕੇ ਆਪਣੇ ਜਿੰਨੇ ਵੀ ਰਿਪ੍ਰੈਜੈਂਟੇਟਿਵ ਆ, ਅੱਗੇ ਹੋ ਕੇ ਆਪਣੇ BSF ਆਪਣੀ ਆਰਮੀ ਦੀ ਹੈਲਪ ਦੇ ਨਾਲ ਆਪਣੇ ਲੋਕਾਂ ਦੇ ਦੁੱਖ ਦਰਦ ਜਿਹੜੇ ਆ ਉਹ ਦੇਖੋ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਕਹਿੰਦੇ ਜਿੱਥੇ ਚਾਹ ਉੱਥੇ ਰਾਹ, ਜੇ ਅਸੀਂ ਕੁਝ ਕਰਨ ਦੀ ਠਾਣ ਲਈਏ ਤਾਂ ਅਸੀਂ ਕਰ ਸਕਦੇ ਹਾਂ। ਇਹ ਚੀਜ਼ ਅਸੀਂ 1 ਦਿਨ ਪਹਿਲਾਂ ਵੀ ਕਰ ਸਕਦੇ ਸੀ, ਪਰ ਸਾਨੂੰ ਕੱਲ੍ਹ ਸ਼ਾਮ ਤੱਕ ਉਮੀਦ ਸੀ ਕਿ ਸਾਡੀ ਇਲੈਕਟ੍ਰੀਸਿਟੀ ਜਿਹੜੀ ਆ ਉਹ ਕਲੀਅਰ ਹੋ ਜੂਗੀ, ਠੀਕ ਹੋ ਜੂਗੀ, ਪਰ ਸਾਨੂੰ 2 ਦਿਨ ਹੋ ਗਏ ਰਾਤ ਨੂੰ ਨੀਂਦ ਨਹੀਂ ਆ ਰਹੀ, ਸਾਡੀ ਹਾਲਤ ਖਰਾਬ ਸੀ ਕਿ ਸਾਡੇ ਘਰਾਂ 'ਚ ਜਨਰੇਟਰ ਹੈਗੇ ਆ, ਸਾਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ। ਬਟ ਜਿਹੜੇ ਲੋਕ ਸਾਡੇ ਸਮਰਸੀਬਲ ਮੋਟਰਾਂ 'ਤੇ ਡਿਪੈਂਡ ਨੇ, ਜਿਹੜੇ ਲੋਕ ਸਾਡੇ ਜਿਹੜੇ ਸਾਡੇ ਡੰਗਰ ਸਿਰਫ ਇਲੈਕਟ੍ਰੀਸਿਟੀ 'ਤੇ ਡਿਪੈਂਡ ਨੇ, ਉਹ ਕੀ ਕਰਨਗੇ? ਅੱਜ ਇਹ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੰਨਾ ਕੰਟਰੀਬਿਊਟ ਤ੍ਰੇਵਾ ਪੰਚਾਇਤ ਵੱਲੋਂ ਹੋ ਰਿਹਾ, ਅਸੀਂ ਆਪਣਾ ਸਭ ਤੋਂ ਵੱਧ ਕੰਟਰੀਬਿਊਟ ਕਰ ਰਹੇ ਹਾਂ ਇਹਦੇ ਵਿੱਚ ਵੀ ਕਿ ਸਾਨੂੰ ਜਨਰੇਟਰ ਤੁਸੀਂ ਦੇ ਦਿਓ, ਬਾਕੀ ਅਸੀਂ ਕਰ ਲਾਂਗੇ। ਔਰ ਮੈਂ ਸਪੈਸ਼ਲੀ ਥੈਂਕ ਯੂ ਬੋਲੂੰਗੀ ਅੱਜ ਸਭ ਤੁਸੀਂ ਇੱਥੇ ਆਏ ਕਿ ਤੁਸੀਂ ਸਾਡੀ ਮਤਲਬ ਆਵਾਜ਼ ਵੀ ਹੋ, ਤੁਸੀਂ ਸਾਡੀ ਸ਼ਾਨ ਵੀ ਹੋ, ਤੁਸੀਂ ਸਾਡੀ ਆਨ ਵੀ ਹੋ। ਜੇ ਸਾਡੀ ਜਾਨ ਹਾਜ਼ਰ ਆ ਤੇ ਅੱਜ ਇਹਨਾਂ ਨੇ ਵੀ ਸਾਨੂੰ ਦਿਖਾਤਾ ਕਿ BSF ਹਰ ਕਦਮ 'ਤੇ ਤੁਹਾਡੇ ਨਾਲ ਆ।